ਬਾਕੀ ਯਾਰ ਡਿਜ਼ਾਈਨ ਬਹੁਤ ਘੈਂਟ ਘੈਂਟ ਆ, ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ, ਵੇਖ ਲਓ ਆਪਾਂ ਤਾਂ ਯਾਰ ਇੰਨੀ ਜ਼ਿਆਦਾ ਵਧੀਆ ਹੈ ਨਾ। ਕੁੱਤੇ ਵੀ ਹੈਗੇ ਆ ਅਤੇ ਆਹ ਚੈੱਕ ਕਰੋ ਯਾਰ ਪਤੰਗ ਆਹ ਵਾਲੀ ਇੱਧਰ ਦੇਖੋ। ਅਤੇ ਗਾਈਸ ਹੁਣ ਆਪਾਂ ਆਏ ਹਾਂ ਯਾਦਵ ਕੋ, ਯਾਰ ਬੜਾ ਵਧੀਆ ਸੈਟਅਪ ਆ ਇਹਨਾਂ ਦਾ, ਇੱਕ ਢਾਬਾ ਹੀ ਆ ਯਾਦਵ ਦਾ ਢਾਬਾ, ਇੱਥੋਂ ਅਸੀਂ ਕਰਾਏ ਆ 10 ਪਰੌਂਠੇ ਅਤੇ ਹਾਫ ਦਾਲ ਅਤੇ ਹਾਫ ਸ਼ਾਹੀ ਪਨੀਰ, ਇਸੇ ਨਾਲ ਅੱਜ ਰੋਟੀ ਖਾਵਾਂਗੇ। ਆਹ ਦੇਖ ਲਓ ਯਾਰ ਕਾਫੀ ਵਧੀਆ ਸੈਟਅਪ ਕੀਤਾ ਹੋਇਆ ਇਹਨਾਂ ਨੇ, ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਸਾਰਿਆਂ ਦਾ ਹੌਕ ਕਰਦਾ ਵਾ ਕਿਤੇ ਸਾਰੇ ਠੀਕ ਹੋਵੋਗੇ ਤਾਂ ਮੈਂ ਵੀ ਠੀਕ ਹਾਂ। ਵੈਲਕਮ ਬੈਕ ਟੂ ਮਾਈ ਚੈਨਲ ਗਾਈਸ। ਅਤੇ ਗਾਈਸ ਅੱਜ ਹੈਗਾ ਵਾ ਸੰਡੇ ਅਤੇ ਅੱਜ ਯਾਰ ਅੱਜ ਲਾਸਟ ਦਿਨ ਆ ਸਾਲ ਦਾ, ਕਿਉਂਕਿ ਕੱਲ੍ਹ 2024 ਚੜ੍ਹ ਜਾਣਾ ਵਾ। ਅਤੇ ਅੱਜ ਆਪਾਂ ਚੱਲੇ ਯਾਰਾਂ ਦੋਸਤਾਂ ਨਾਲ ਗੁੱਡੀਆਂ ਲੈਣ, ਯਾਰ ਕਿੰਨੇ ਚਿਰ ਗਾਈਡ ਵਲੌਗ ਨਹੀਂ ਬਣਾਇਆ, ਬਸ ਤੁਸੀਂ ਵਲੌਗ ਨਹੀਂ ਸਕਿੱਪ ਨਾ ਕਰਿਓ, ਬਹੁਤ ਮਜ਼ਾ ਆਉਣ ਵਾਲਾ ਜੇ। ਅਤੇ ਬਸ ਯਾਰ ਦੋਸਤ ਆਉਂਦੇ ਪਏ ਮੋਟਰਸਾਈਕਲ 'ਤੇ ਲੈਣ, ਅਤੇ ਆਪਾਂ ਜਾਂਦੇ ਹਾਂ ਫਿਰ ਤੁਹਾਨੂੰ ਗੁੱਡੀਆਂ ਦੀ ਲੈਣ ਜਾਂਦੇ ਹਾਂ, ਤੁਹਾਨੂੰ ਸਾਰਾ ਵਿਊ ਖਾਵਾਂਗੇ ਨਾਲ ਕੁਝ ਖਾਵਾਂ ਪੀਵਾਂਗੇ ਵੀ। ਅਤੇ ਵਲੌਗ ਨੂੰ ਸਕਿੱਪ ਨਾ ਕਰਿਓ ਅਤੇ ਚਲੋ ਚੱਲਦੇ ਹਾਂ। ਅਤੇ ਫਾਈਨਲੀ ਗਾਈਸ ਆਪਾਂ ਤਾਂ ਨਿਕਲ ਚੁੱਕੇ ਹਾਂ ਅਤੇ ਯਾਰ ਦਾ ਦੋਸਤ ਆ ਨਾ ਅਤੇ ਫਾਈਨਲੀ ਗਾਈਸ ਪਹੁੰਚ ਚੁੱਕੇ ਹਾਂ ਗੁੱਡੀਆਂ ਵਾਲੀ ਦੁਕਾਨ 'ਤੇ। ਚੱਲ ਚੱਲ ਚੱਲ, ਕਾਫੀ ਸਟੋਕ ਰਿਹਾ ਯਾਰ ਇਹ ਕਾਹ ਹੁੰਦਾ ਆਹ ਕਢਾਏ ਯਾਰ ਹੁਣ, ਅਤੇ ਆਹ ਕਹਿੰਦਾ ਇੱਕ ਨਹੀਂ ਜਾਂਦਾ ਇੱਕ ਲੈਣਾ ਫੜਦਾ, ਦੂਜਾ ਡਿਜ਼ਾਈਨ ਫੜੋ ਹੋਡੀਆਂ ਤੇ ਗਾਈਸ ਹੁਣ ਅਸੀਂ ਆਹ ਡਿਜ਼ਾਈਨ ਕਢਾਉਣ ਲੱਗੇ ਹਾਂ, ਇੱਕ ਆਹ ਕਢਾ ਲਿਆ ਵਾ, ਬਾਕੀ ਦੋ ਥੱਲੇ ਪਏ ਆ, ਬਾਕੀ ਇਹ ਡਿਜ਼ਾਇਨ ਤਾਂ ਬਹੁਤ ਵਧੀਆ ਵਧੀਆ ਇਹਨਾਂ ਕੋਲ, ਵੇਖ ਲਓ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ। ਐਡਰੈਸ ਭਾਈ ਕਿਹੜਾ ਹੈਗਾ? ਐਡਰੈਸ ਮੋਹਨ ਸੈਨਪੁਰਾ ਚੌਂਕ ਬੱਸ ਸਟੈਂਡ ਦੇ ਨਾਲ ਹੀ, ਕੱਪੜੇ ਵਾਲੀ ਸ਼ੋਪ ਨਾਲ ਲੱਗੇ। ਅੱਛਾ, ਬਿਲਕੁਲ ਨੇੜੇ ਬੱਸ ਸਟੈਂਡ, ਬਿਲਕੁਲ ਨੇੜੇ ਹੀ ਆ। ਓਏ ਆ ਇੱਕ ਆ ਪਿੰਕ ਕਢਾ ਲਾ, ਆ ਜਿਹੜਾ ਆ ਵੀ ਦੱਸ ਦੇ, ਹਾਂ ਇੱਕ ਆ ਕਢਾ ਲਾ ਜਿਹੜੇ ਦੇ ਨਾਲ ਦਾ। ਓ ਨਹੀਂ ਨਹੀਂ ਫੇਰ ਭਰਾ ਪੇਚੇ ਲੱਗ, ਇੱਕ
ਭਰਾਵਾ ਥੱਲੇ ਲੈ ਓਏ ਕਾ ਗ੍ਰੀਨ ਕਿਹੜਾ ਲਾ ਹੋਲਾ ਕਿਹੜਾ ਗ੍ਰੀਨ ਹੋਲਾ ਹਾਂ ਉਹ ਗ੍ਰੀਨ ਤੇ ਉਹ ਦੋ ਥੱਲੇ ਕਢਾ ਲਿਆ ਵਾ ਹੋਰ ਦੱਸੋ ਭਾਜੀ ਬਸ ਜੀ ਬਸ ਨਾ ਗੱਲ ਜੀ ਆੜੀਆਂ ਬੜਾ ਸੋਹਣਾ ਲੱਗਦਾ ਜੀ ਪਹਿਰਾ ਹਾਂ ਆ ਇੱਕ ਸਾਹਮਣੇ ਖਲੋਤਾ ਹਾਂ ਹੈਗਾ ਤੇਰਾ ਕਿਰੇ ਇਹਨਾਂ ਨੂੰ ਨੇ ਇਹਨੂੰ ਨਹੀਂ ਅੰਕਲ ਕਹਿੰਦਾ ਨਹੀਂ ਨਹੀਂ ਇਹ ਵੇਲਾ ਲੱਗੇ ਦਿੰਦਾ ਬਸ ਲੱਗੇ ਦਿੰਦਾ ਵੀ ਲੱਗੇ ਲੱਗ ਨਹੀਂ ਤੇ ਕਾ ਵੀ ਕਢਾ ਲੈ ਯਾਰ ਲੈਣ ਆਪਾਂ 6 ਆਏ ਸੀ ਤੇ ਕਾ 8 ਲੈ ਡਿਜ਼ਾਈਨ ਵੇਦੇ ਵੇਦੇ ਪਸੰਦ ਆਈ ਗਏ ਤੇ ਗੁੱਡੇ ਯਾਰ ਆਪਣੇ ਲਿਫਾਫੇ 'ਚ ਪੈਣ ਲੱਗੇ ਆ ਬਾਕੀ ਯਾਰ ਡਿਜ਼ਾਈਨ ਬਹੁਤ ਘੈਂਟ ਘੈਂਟ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਅਵੇਲ ਲਓ ਆਪਾਂ ਤਾਂ ਯਾਰ ਇੰਨੀ ਜ਼ਿਆਦਾ ਵਧੀਆ ਹੈ ਨਾ ਕੁੱਤੇ ਵੀ ਹੈਗੇ ਆ ਤੇ ਆਹ ਚੈੱਕ ਕਰੋ ਯਾਰ ਤੰਗ ਆਹ ਵਾਲੀ ਇੱਧਰ ਦੇਖੋ ਲੱਗਦਾ ਨੇ ਇੱਥੇ ਰਹਿਣਾ ਅੱਜ ਚੱਲ ਹੁਣ ਚਲੋ ਤੇ ਗਾਈਸ ਹੁਣ ਆਪਾਂ ਗੁੱਡੇ ਘਰ ਰੱਖਣੇ ਆ ਮਾਸੀ ਦੇ ਘਰ ਠੀਕ ਆ ਠੀਕ ਆ ਠੀਕ ਆ ਵਿਲੀ ਮਾਰ ਇਹਨੂੰ ਮੋਟਰਸਾਈਕਲ ਨਹੀਂ ਚਲਾਉਣਾ ਆਉਂਦਾ ਕੀ ਖਰਾਬ ਆ ਇਹ ਵੀ ਤੇਰੇ ਵਰਗਾ ਖਰਾਬ ਹੀ ਸੋ ਹੀ ਗਿਆ ਸੀ ਅੰਦਰ ਲੈ ਫਿਰ ਬੂਹਾ ਮਾਰ ਕੇ ਅੰਦਰ ਭੱਜ ਗਿਆ ਹੁਣ ਯਾਰ ਅਸੀਂ ਕੁਝ ਖਾਣ ਚਲੀਏ ਭੁੱਖ ਲੱਗੀ ਇਹਨਾਂ ਦੇ ਚੱਕਰਾਂ 'ਚ ਮੈਂ ਸਵੇਰ ਤੱਕ ਕੁਝ ਖਾਧਾ ਹੀ ਨਹੀਂ ਤੇ ਮੈਂ ਕਿਹੜਾ ਖਾਧਾ ਸਾਰਿਆ ਭੁੱਖਾ ਭਾਣਾ ਆ ਤੇ ਉਹ ਕੋਈ ਉਹ ਮੋਟਾ ਕਹਿੰਦਾ ਕਿ ਤੂੰ ਲੈ ਨਹੀਂ ਉਹ ਗੁੱਡੀਆਂ ਮੈਂ ਲੱਗੀ ਉਹ ਕੀ ਨਾਲ ਲੈਂਦੇ ਆ ਰੋਟੀ ਖਾਣ ਆ ਆਇਆ ਆਇਆ ਆ ਵੇਲਾ ਹੁਣ ਇਹਨੂੰ ਭਾਂਤੀ ਵਾਰੀ ਆਈ ਤੇ ਵੱਜ ਗਿਆ ਉਹ ਰਹਿਣ ਦੇ ਵਾਸ ਕਰ ਦੇ ਓਏ ਗਰੀਨ ਵਾਸ ਬਹੁਤ ਹੋ ਗਿਆ ਆਇਆ 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 ਅੱਲਾ ਸੱਟ ਲੱਗੀ ਵਾਸ ਕਰ ਯਾਰ ਤੂੰ ਇਹ ਜਿਹੜੀ ਕਰ ਸਕਦੇ ਸਹੀ ਹੈ ਥਾਲੇ ਦਾ ਢੇੜਾ ਯਾਰ ਨਾ ਕਰ ਯਾਰ ਤੇ ਗਾਇਸ ਹੁਣ ਆਪਾਂ ਆਏ ਆ ਮੱਠੀ ਛੋਲੇ ਖਾਣ ਆ ਦੁਕਾਨ 'ਚ ਬੜੀ ਭੁੱਖ ਲੱਗੀ ਯਾਰ ਚਲੋ ਬਾਕੀ ਗੁੱਡੀ ਅੜਦੀ ਵੀ ਯਾਰ ਤੇ ਮਾੜੀ ਮੋਟੀ ਵਾਪਸ ਚੱਲਦੀ ਨਹੀਂ ਬਸ ਸਾਰੇ ਤਨਕੇ ਵਾਲੇ ਬੈਠੇ ਤਿੰਨ ਪਲੇਟ ਲਾ ਦਿਓ ਜੀ ਇੱਥੇ ਆ ਕੇ ਵੀ ਇਹਨਾਂ ਦੇ ਆਹੀ ਆ ਸੁਧਰ ਤੋਂ ਜਾਇਆ ਕਰੋ ਮਾੜਾ ਮੋਟਾ ਕੋਈ ਬੈਠਾ ਖਲੋਤਾ ਵੇਲਾ ਕਰੋ ਤਿੰਨ ਵੱਜ ਗਏ
ਤੇ ਫਾਈਨਲੀ ਗਾਇਸ ਖਾ ਤੇ ਲਿਆ ਵਾ। ਇਸ ਟਾਈਮ ਕਿੱਥੋਂ ਖਾਣੀ ਓਏ, ਆਪ ਰੈਡੀ ਲੋਣੀ ਆ ਕੀ ਬਰਗਰ ਬੁਰਗਰ ਨਹੀਂ? ਪਹਿਲਾਂ ਯਾਰ ਪਹਿਲਾਂ ਕੋਠੇ ਦਾ ਮਾਹੌਲ ਚੜ ਵੇਖੀ ਆਇਆ, ਪਹਿਲਾਂ ਪਾਰਕ ਚ ਪਹਿਲਾਂ ਪਾਰਕ ਚ ਫੋਟੋ ਸ਼ੂਟ। ਆਹ ਵੇਖੋ ਕਿੰਨੀ ਗੁੱਡੀ ਗੱਡੀ ਤੇ ਤੂੰ ਟਿੱਗਾ। ਹਾਂ ਆਹ ਚੱਲ ਆਇਆ ਛੇਤੀ ਆ, ਅੱਜ ਨੀ ਆਈ ਫੇਰ ਓਵੇ ਬੜੀ ਹੌਲੀ ਹੌਲੀ ਆਉਂਦੇ ਆ। ਤੇਲ ਮੁੱਕ ਗਿਆ ਇੱਚ ਕੇ ਮੋਟਰਸਾਈਕਲ ਚ ਦੋਨੇ ਚ। ਹੈਲੋ ਗੁੱਡੀ ਵੀ ਉੜਦੀ ਵੀ ਯਾਰ, ਆਇਆ ਆਇਆ ਛੇਤੀ। ਉਹ ਖਿੱਚਾ ਮੈਂ ਲਗਾ ਵੀ ਤੇ ਕਿਨੂੰ ਤੈਨੂੰ ਤੈਨੂੰ ਲਗਾ ਲੈ ਖਿੱਚਾ। ਓਏ ਮਸਲਾ ਮਾਰ ਲੱਗੇ ਮਸਲਾ ਨਹੀਂ ਪਰੀ ਵਾਲੀ ਓਏ ਹੈਗੀ ਆ ਆ ਟੰਗੀ ਆ ਵੇ ਤੇ ਕੁਰਸੀ ਨਹੀਂ ਜਾ ਕਿਡੇ ਯਾਰ ਠੜਨ ਗਈ ਪਾਲਾ ਯਾਰ ਵੇ ਲੋ ਦੋਵੇਂ ਹੀ ਹੋ ਜਾਏ ਜੀ। ਓਏ ਆ ਗਈ ਆ, ਓਏ ਸਾਈਕਲ ਚਲਾਉਣ ਦਿਆ। ਇਹ ਇੱਥੇ ਰਹਿਣਾ ਕਾਕਾ, ਭਜਾਉਣ ਦੀ ਕੋਸ਼ਿਸ਼ ਨਾ ਕਰ, ਇਹ ਇੱਥੇ ਰਹਿਣਾ ਵਾ। ਇੰਨੀ ਤੇਜ਼ ਨਾ ਚਲਾ, ਹੌਲੀ ਚਲਾ। ਚੱਲ ਚੱਲ ਤੇਲ ਵੀ ਕਿੰਨਾ ਕੁ ਰਹਿ ਗਿਆ? ਪਿਆ ਏ 100 ਦਾ ਤੇ 80-70 ਕਾ ਤਾਂ ਪਿਆ ਹੀ ਹੋਣਾ ਵਿੱਚ। ਚੱਲ ਚਲੋ 80 ਦਾ ਤੇ ਉੱਡ ਗਿਆ ਹੋਣਾ ਮੇਰੇ ਖਿਆਲ ਨਾਲ 70। ਚਲੋ ਚਲੋ 20 ਕਿਤੇ ਰਹਿ ਗਿਆ ਨਾ। ਤਿੰਨ ਜਾਣੇ 300 ਵਾਲਿਆਂ ਨੂੰ ਚਲਾਉਣ ਹੈਗਾ ਵੈਸੇ ਤੇ ਕੋਈ ਸੋਹਣਾ ਹੀ ਆਏ ਬੇਕਰੀ ਦੇ ਤੇ ਇਹਨੇ ਸੈਂਡਵਿਚ ਲਿਆ ਵਾ ਤੇ ਇੱਕ ਬੰਨ ਮੱਖਣ। ਤੇ ਗਾਈਸ ਹੁਣ ਆਪਾਂ ਆਏ ਹਾਂ ਯਾਦਵ ਕੋ, ਯਾਰ ਬੜਾ ਵਧੀਆ ਸੈਟਅਪ ਆ ਇਹਨਾਂ ਦਾ। ਇੱਕ ਢਾਬਾ ਹੀ ਆ ਯਾਦਵ ਦਾ ਢਾਬਾ, ਅਤੇ ਇੱਥੋਂ ਅਸੀਂ ਕਰਾਏ ਆ 10 ਪਰੌਂਠੇ ਅਤੇ ਹਾਫ ਦਾਲ ਅਤੇ ਹਾਫ ਸ਼ਾਹੀ ਪਨੀਰ। ਇਸੇ ਨਾਲ ਅੱਜ ਰੋਟੀ ਖਾਵਾਂਗੇ। ਆਹ ਦੇਖ ਲਓ ਯਾਰ ਕਾਫੀ ਵਧੀਆ ਸੈਟਅਪ ਕੀਤਾ ਹੋਇਆ ਇਹਨਾਂ ਨੇ, ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਇਹਨਾਂ ਦਾ ਐਡਰੈਸ ਹੈਗਾ ਇਹ ਸੁਲਤਾਨਵੀ ਰੋਡ 'ਤੇ ਮੇਨ ਹੀ ਆ, ਕਬਰਾਂ ਦੇ ਸਾਹਮਣੇ ਹੀ ਆ ਬਿਲਕੁਲ। ਅਤੇ ਆਹ ਵੇਖ ਲਓ ਆ ਇੱਧਰ ਇਹਨਾਂ ਦਾ ਮੈਨਿਊ ਹੈ ਸਾਰਾ। ਅਤੇ ਗਈ ਸੀ ਯਾਰ ਘਰ ਸਬਜ਼ੀਆਂ ਲਿਆਉਂਦੇ ਲਿਆਉਂਦੇ ਠੰਡੀ ਹੋ ਗਈ ਅਤੇ ਹੁਣ ਓਵਨ 'ਚ ਗਰਮ ਕਰਦੇ ਪਏ ਹਾਂ ਅਤੇ ਇੱਧਰ ਟਾਈਮਰ ਸੈੱਟ ਕੀਤਾ ਹੋਇਆ ਵਾ, ਬਸ ਹੁਣ ਸਾਡੀਆਂ ਸਬਜ਼ੀਆਂ ਗਰਮ ਹੋ ਰਹੀਆਂ ਵਾ ਅਤੇ ਇੱਧਰ ਸਾਡੇ ਪਰੌਂਠੇ। ਅਤੇ ਫਾਈਨਲੀ ਗਾਇਸ ਇੱਧਰ ਸਾਡਾ ਪਰੌਂਠਾ ਅਤੇ ਇੱਧਰ ਦਾਲ, ਯਾਰ ਦਾਲ ਪੂਰੀ ਮੱਖਣ ਵਾਲੀ ਆ, ਦੇਸੀ ਘਰੋਂ ਤੜਕਾ ਲੱਗਾ ਨਾਲੇ ਮੱਖਣ ਵੀ ਆ। ਅਤੇ ਹੁਣ ਅਸੀਂ ਵੀ ਖਾਂਦੇ ਨਾਲ, ਤੁਸੀਂ ਵੀ ਖਾ ਲਓ। ਅਤੇ ਹਾਂਜੀ ਰੋਟੀ ਤਾਂ ਖਾ ਲਈ ਆ ਅਤੇ ਯਾਰ ਬਹੁਤ ਹੀ ਸਵਾਦ ਲੱਗੀ। ਅਤੇ ਇੱਕ ਵਾਰ ਜਾ ਕੇ ਵੀ ਤੁਸੀਂ ਯਾਦਵ ਦੇ ਢਾਬੇ 'ਤੇ ਜ਼ਰੂਰ ਵਿਜ਼ਿਟ ਕਰਿਓ ਯਾਰ, ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਵਾ। ਅਤੇ ਇਸ ਨਾਲ ਹੀ ਸਾਡੇ ਵਲੋਗ ਦਾ ਐਂਡ ਹੁੰਦਾ ਹੈ ਅਤੇ ਸਾਲ ਦਾ ਅਖੀਰਲਾ ਦਿਨ ਅੱਜ, ਬਸ 1 ਘੰਟਾ ਹੀ ਰਹਿ ਗਿਆ ਵਾ ਨਵੇਂ ਸਾਲ ਚੜ੍ਹਨ 'ਚ ਦੇਵਾਂਗੇ। ਅਤੇ ਇਸ ਨਾਲ ਹੀ ਅਸੀਂ ਵਲੋਗ ਦਾ ਐਂਡ ਕਰਦੇ ਹਾਂ, ਹੋਪ ਕਰਦਾ ਹਾਂ ਕਿ ਤੁਹਾਨੂੰ ਇਹ ਵਲੋਗ ਵਧੀਆ ਲੱਗਾ ਹੋਊਗਾ। ਜੇ ਵਧੀਆ ਲੱਗਾ ਵਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਪਲੀਜ਼ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਟਿਲ ਦੈਨ ਬਾਏ ਬਾਏ, ਮਿਲਦੇ ਹਾਂ ਵਲੋਗ 'ਚ, ਰੱਬ ਰਾਖਾ।